ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਮਾਪਿਆਂ ਦੀਆਂ ਬਾਹਾਂ ਬਣੀਆਂ ਪ੍ਰਵਾਸੀ ਧੀਆਂ ਗੁਰਚਰਨ ਕਾਹਲੋਂ ਲਿਖਦਾ ਸਿਡਨੀ ਤੋਂ, ਕਈ ਪ੍ਰਦੇਸ਼ਨ ਧੀਆਂ ਨੇ ਪੁੱਤਰਾਂ ਤੋਂ ਵੱਧ ਕੇ ਆਪਣੇ ਪਰਿਵਾਰਾਂ ਦੀ ਬਾਂਹ ਫੜੀ ਹੈ। ਉਹ ਮਾਪੇ ਜਿਹੜੇ ਧੀ ਦੇ ਜਨਮ ਬਾਅਦ ਘਰ 'ਚ ਸੋਗ ਵਰਗਾ ਮਾਹੌਲ ਬਣਾ ਕੇ ਗਮਗੀਨ ਹੁੰਦੇ ਸਨ, ਉਹੀ ਹੁਣ ਧੀਆਂ ਦਾ ਗੁਣਗਾਨ ਕਰਦੇ ਨਹੀਂ ਥੱਕਦੇ। ਕਈ ਹਿੰਮਤੀ ਕੁੜੀਆਂ ਨੇ ਰੌਂਗਟੇ ਖੜੇ ਕਰਨ ਵਾਲੀ ਦਾਸਤਾਂ ਸਾਂਝੀ ਕੀਤੀ। ਸਰਹੱਦੀ ਕਸਬਾ ਚੁਗਾਵਾਂ 'ਚ ਗਰੀਬ ਪਰਿਵਾਰ ਦੇ ਤਰਲੋਕ ਸਿੰਘ ਦੇ ਘਰ ਚੌਥੀ ਲੜਕੀ ਹਰਜੀਤ, ਅਸਲ ਨਾਂ ਨਹੀਂ ਦੱਸਦੇ, ਉਹਨੇ ਜਨਮ ਲਿਆ ਸੀ। ਮਾਂ ਬਿਸ਼ਨ ਕੌਰ ਦੱਸਦੀ ਹੈ ਕਿ ਉਦੋਂ ਅਲਟਰਾਸਾਊਂਡ ਦਾ ਰਿਵਾਜ ਹੁੰਦਾ ਸੀ ਤਾਂ ਚੌਥੀ ਲੜਕੀ ਨੂੰ ਜਨਮ ਨਾ ਮਿਲਦਾ, ਪਰ ਉਸ ਦੀ ਚੌਥੀ ਲੜਕੀ ਜ਼ਿੱਦ ਕਰਕੇ ਸਕੂਲ ਜਾਣ ਲੱਗੀ। ਸਕੂਲ ਦੇ ਮਾਸਟਰ ਵੱਲੋਂ ਦੱਸਣ 'ਤੇ ਉਹਨਾਂ ਨੂੰ ਯਕੀਨ ਨਹੀਂ ਹੁੰਦਾ ਸੀ ਕਿ ਪੜ੍ਹਨ 'ਚ ਕਾਫ਼ੀ ਹੁਸ਼ਿਆਰ ਹੈ। ਇਸ ਦੌਰਾਨ ਉਸ ਦਾ ਵਜ਼ੀਫਾ ਲੱਗ ਗਿਆ, ਉਹ ਪੁਰਾਣੀਆਂ ਕਿਤਾਬਾਂ ਦੇ ਮੁੱਲ 'ਤੇ ਲੈ ਕੇ ਕਿਵੇਂ ਨਾ ਕਿਵੇਂ ਪੜ੍ਹ ਗਈ। ਆਈਲੈਟਸ ਟੈਸਟ ਪਾਸ ਹਰਜੀਤ ਦੱਸਦੀ ਹੈ। ਉਸ ਦੀ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਇੱਛਾ ਸੀ। ਪਿਓ ਨੇ ਕੰਟਰੈਕਟ ਮੈਰਿਜ ਹੇਠ 10ਵੀਂ ਪਾਸ ਮੁੰਡੇ ਨਾਲ ਕਾਗਜ਼ੀ ਵਿਆਹ ਕੀਤਾ। ਦੋਵੇਂ ਪਤੀ ਪਤਨੀ ਬਣ ਕੇ ਆਸਟ੍ਰੇਲੀਆ ਆ ਗਏ। ਲੜਕਾ ਉਸ ਨੂੰ ਗੁਲਾਮ ਬਣਾ ਕੇ ਜਿਨਸੀ ਅਤੇ ਮਾਨਸਿਕ ਸ਼ੋਸ਼ਣ ਕਰਦਾ ਰਿਹਾ। ਹਰਜੀਤ ਦੱਸਦੀ ਹੈ ਕਿ ਇੰਨਾ ਚਿਰ ਤੋਂ ਉਸ ਨੂੰ ਸਮਝ ਨਹੀਂ ਆਈ ਕਿ ਉਹ ਵਿਆਹੀ ਹੋਈ ਹੈ ਜਾਂ ਕੁਆਰੀ ਹੈ। ਉਸਨੇ ਸਿਡਨੀ ਆ ਕੇ ਉਹ ਕੁਝ ਵੀ ਕੀਤਾ ਜਿਸ ਦਾ ਚਿੱਤ ਚੇਤਾ ਵੀ ਨਹੀਂ ਸੀ, ਪਰ ਉਸਨੇ ਆਪਣੇ ਮਾਪਿਆਂ ਦੀਆਂ ਆਸਾਂ ਉੱਤੇ ਪਾਣੀ ਨਹੀਂ ਫਿਰਨ ਦਿੱਤਾ। ਉਸਨੇ ਆਪਣੀਆਂ ਦੋ ਹੋਰ ਭੈਣਾਂ ਨੂੰ ਵੀ ਆਸਟ੍ਰੇਲੀਆ ਲਿਆਂਦਾ। ਉਸ ਦਾ ਕੁਝ ਸਮੇਂ ਬਾਅਦ ਤਲਾਕ ਵੀ ਹੋਇਆ। ਫਿਰ ਮਾਪਿਆਂ ਨੇ NRI ਕੁੜੀ ਦੱਸ ਕੇ ਖਾਂਦੇ ਪੀਂਦੇ ਘਰ 'ਚ ਦੂਜਾ ਵਿਆਹ ਕਰ ਦਿੱਤਾ। ਹਰਜੀਤ ਦੇ ਮਾਂ ਪਿਓ ਖੁਸ਼ੀ ਖੁਸ਼ੀ ਆਸਟ੍ਰੇਲੀਆ ਆਏ, ਪਰ ਉਹਨਾਂ ਨੂੰ ਆਪਣੀ ਧੀ ਉੱਤੇ ਡਿੱਗੇ ਦੁੱਖਾਂ ਦੇ ਪਹਾੜ ਦਾ ਰਤਾ ਵੀ ਇਲਮ ਨਹੀਂ ਸੀ। ਹਰਜੀਤ ਕਹਿੰਦੀ ਹੈ ਕਿ ਉਹ 5 ਸਾਲ ਸਿਰ ਸੁੱਟ ਕੇ ਕੰਮ ਕਰਦੀ ਰਹੀ, ਜਿਵੇਂ ਕੋਹਲੂ ਦਾ ਬਲਦ ਹੋਵੇ, ਕਿਸੇ ਦਾ ਕਰਜ਼ਾ ਦੇਣਾ ਹੋਵੇ। ਉਹ ਅੱਖਾਂ ਭਰਦੀ ਹੈ, ਰੋਂਦੀ ਹੈ ਅਤੇ ਕਹਿੰਦੀ ਹੈ ਕਿ ਇਹ ਕਰਜ਼ ਹੀ ਸੀ ਲੜਕੀ ਹੋਣ ਦਾ। ਉਸਦੇ ਮਾਪਿਆਂ ਨੇ ਉਸਦਾ ਜਨਮ ਦਿੱਤਾ, ਗਲਾ ਘੁੱਟ ਕੇ ਮਾਰਿਆ ਵੀ ਨਹੀਂ। ਇਸ ਤੋਂ ਬਾਅਦ ਹਰਜੀਤ ਸੁੰਨ ਹੋ ਗਈ। ਉਹ ਕਹਿੰਦੀ ਹੈ ਕਿ ਸ਼ਾਇਦ ਜ਼ਿੰਦਗੀ ਨੂੰ ਅੱਗੇ ਵੱਲ ਵੇਖ, ਜਿਉਣਾ ਹੀ ਜ਼ਿੰਦਗੀ ਹੈ। ਗੁਰਦਾਸਪੁਰ ਨੇੜਲੇ ਪਿੰਡ ਕਲਾਡੌਰ 'ਚ ਜੰਮਪਲ ਹਰਬਲ ਵੀਰ ਕੌਰ ਕਹਿੰਦੀ ਹੈ ਕਿ ਉਸਦਾ ਜਨਮ ਹੋਇਆ ਤਾਂ ਘਰ 'ਚ ਮਾਤਮ ਪੈ ਗਿਆ। ਉਹ ਘਰ 'ਚ ਤੀਜੀ ਲੜਕੀ ਸੀ, ਖੁਦ ਮਾਂ ਨੇ ਵੀ ਸੋਗ 'ਚ 2 ਦਿਨ ਰੋਟੀ ਨਾ ਖਾਧੀ। ਦਾਦਾ ਪੋਤੇ ਦੀ ਕਲਕਾਰੀ ਸੁਣਨਾ ਚਾਹੁੰਦਾ ਸੀ, ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਹਰਬਲ ਵੀਰ ਕਹਿੰਦੀ ਹੈ ਪਿਓ ਨੇ ਆਪਣਾ ਲੜਕਾ ਸਮਝ ਕੇ ਪੜ੍ਹਾਇਆ, ਚੌਂਕੇ ਚੁੱਲ੍ਹੇ ਦੀ ਥਾਂ ਹਲ ਪੰਜਾਲੀ ਵੀ ਫੜਾਈ। ਉਸਨੇ ਗ੍ਰੈਜੂਏਸ਼ਨ ਕਰਕੇ ਸਾਲ 2007 ਵਿੱਚ ਆਈਲੈਟਸ ਪਾਸ ਕੀਤਾ ਅਤੇ ਘਰ ਦੀ ਗੁਰਬਤ ਕੱਢੀ। ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਅਨੁਸਾਰ ਪਿਛਲੇ 4 ਸਾਲਾਂ 'ਚ ਧੋਖਾ ਦੇਣ ਦੇ ਦੋਸ਼ਾਂ ਹੇਠ ਫੜੇ ਗਏ 1500 ਵਿਦੇਸ਼ੀ ਨਾਗਰਿਕ ਪਤੀ ਪਤਨੀਆਂ ਦੇ ਵੀਜ਼ੇ ਰੱਦ ਹੋਏ ਨੇ। ਇਹਨਾਂ ਵਿੱਚੋਂ ਜ਼ਿਆਦਾਤਰ ਜਾਅਲੀ ਪਾਸਪੋਰਟ, ਜਾਅਲੀ ਵਿਆਹ ਅਤੇ ਜਾਅਲੀ ਜਨਮ ਸਰਟੀਫਿਕੇਟ ਵਰਤੇ ਹੋਏ ਨੇ। ਇਸ ਦੌਰਾਨ ਆਈਲੈਟਸ ਵਿੱਚ ਚੰਗੇ ਨੰਬਰ ਲੈਣ ਵਾਲੀਆਂ ਲੜਕੀਆਂ ਨਾਲ ਫਰਜ਼ੀ ਵਿਆਹ ਬਨਾਮ ਕੰਟਰੈਕਟ ਮੈਰਿਜ ਦੇ ਕੇਸ ਵੀ ਖਾਸੇ ਸਾਹਮਣੇ ਆਏ ਨੇ। ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ, ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ। ਕੀ ਵਾਪਰਿਆ, ਕੀ ਹੋਣ ਵਾਲਾ ਹੈ, ਸਿਆਸੀ ਪਿੜਾਂ, ਖੇਡਾਂ ਦੇ ਮੈਦਾਨਾਂ, ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ। ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ। ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ।